ਪ੍ਰੀਤ ਅਕਾਲ ਦੋਸਤੋ ਸਾਡਾ ਟੀਵੀ ਯੂਐਸਏ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਤੇ ਅਸੀਂ ਹਾਜ਼ਰ ਹੋਏ ਹਾਂ ਤੁਹਾਡੇ ਲਈ ਲੈ ਕੇ ਦਿਨ ਭਰ ਦੀਆਂ ਵੱਡੀਆਂ ਖਬਰਾਂ ਪੀਪੀ ਨੇਤਾ ਨੇ ਪਾਕ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਸੈਨੇਟ ਚੋਣਾਂ ਲਈ ਮੰਗਿਆ ਸਮਾਂ ਪਾਕਿਸਤਾਨ ਪੀਪਲਜ਼ ਪਾਰਟੀ ਨੇ ਸ਼ੁੱਕਰਵਾਰ ਨੂੰ ਸਮੇਂ ਦੀ ਕਮੀ ਅਤੇ ਕਾਨੂੰਨੀ ਮੁੱਦਿਆਂ ਦਾ ਹਵਾਲਾ ਦਿੰਦੇ ਹੋਏ ਆਉਣ ਵਾਲੀਆਂ ਸੈਨੇਟ ਚੋਣਾਂ ਲਈ ਉਮੀਦਵਾਰਾਂ ਦੇ ਫਾਰਮ ਜਮ੍ਹਾਂ ਕਰਨ ਦੀ ਸਮਾਂ ਸੀਮਾ ਵਧਾਉਣ ਦੀ ਪਾਕਿਸਤਾਨ ਦੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਬੰਗਲਾਦੇਸ਼ 28 ਫਰਵਰੀ ਤੱਕ ਬੰਦ ਰਹਿਣਗੇ ਸਕੂਲ ਬੰਗਲਾਦੇਸ਼ ਲਗਾਤਾਰ ਸਾਹਮਣੇ ਆ ਰਹੇ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲੇ ਕਾਰਨ ਦੇਸ਼ ਭਰ ਦੇ ਵਿਦਿਅਕ ਅਦਾਰਿਆਂ ਨੂੰ ਇਸ ਮਹੀਨੇ ਦੀ 28 ਤਰੀਕ ਤੱਕ ਬੰਦ ਰੱਖਣ ਦਾ ਹੁਕਮ ਦਿੱਤਾ ਗਿਆ ਹੈ ਹਾਲਾਂਕਿ ਮਦਰੱਸਿਆਂ ਨੂੰ ਇਸ ਤੋਂ ਬਾਹਰ ਰੱਖਿਆ ਗਿਆ ਹੈ ਸਾਕਾ ਸ਼੍ਰੀ ਨਨਕਾਣਾ ਸਾਹਿਬ ਦੇ ਸ਼ਤਾਬਦੀ ਸਮਾਗਮ ਜਾਦਗਾਰੀ ਹੋਣਗੇ ਬੀਬੀ ਜ਼ਗੀਰ ਕੌਰ ਗੁਰਦੁਆਰਾ ਸਾਹਿਬ ਪਾਸ਼ਾਏ ਨੌਵੀਂ ਬਾਬਾ ਬਕਾਲਾ ਸਾਹਿਬ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜ਼ਗੀਰ ਕੌਰ ਨੇ ਸ਼੍ਰੀ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦੀ ਸ਼ਤਾਬਦੀ ਮੌਕੇ ਗੋਦਰਪੁਰ ਜ਼ਿਲ੍ਹਾ ਗੁਰਦਾਸਪੁਰ ਵਿਖੇ ਕਰਵਾਏ ਜਾਣ ਵਾਲੇ ਸਮਾਗਮਾਂ ਸੰਬੰਧੀ ਗਠਿਤ ਕੀਤੀਆਂ ਵੱਖ-ਵੱਖ ਸਬਕਮੇਟੀਆਂ ਨਾਲ ਖਤਰਤਾ ਕੀਤੀ ਅਤੇ ਸਮਾਗਮ ਨੂੰ ਯਾਦਗਾਰੀ ਬਣਾਉਣ ਲਈ ਵਿਚਾਰ-ਵਟਾਂਦਰਾ ਕੀਤਾ। ਇਸ ਮਗਰੋਂ ਜਾਣਕਾਰੀ ਦਿੰਦਿਆਂ ਬੀਬੀ ਜ਼ਗੀਰ ਕੌਰ ਨੇ ਦੱਸਿਆ ਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ 100 ਸਾਲ ਪਹਿਲਾਂ ਵਾਪਰੇ ਸ਼ਹੀਦੀ ਸਾਕੇ ਦੀ ਸ਼ਤਾਬਦੀ ਪੰਥਾ ਕਰਵਾਈ ਤਾ ਅਨੁਸਾਰ ਮਨਾਈ ਜਾਵੇਗੀ। ਇਸ ਸੰਬੰਧੀ ਮੁੱਖ ਸਮਾਗਮ 19 ਤੋਂ 21 ਫਰਵਰੀ ਤੱਕ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਗੋਦਰਪੁਰ ਵਿਖੇ ਹੋਣਗੇ। ਉਨਾ ਕਿਹਾ ਕਿ ਇਸ ਸਮਾਗਮਾ ਦੌਰਾਨ ਪੰਥਾਂ ਦੀਆਂ ਪ੍ਰਮੁੱਖ ਸ਼ਖਸੀਅਤਾਂ ਸ਼ਿਰਕਤ ਕਰਨਗੀਆਂ। ਹਾਕੀ ਇੰਡੀਆ ਨੇ ਟੋਕੀਓ 올림픽 ਨੂੰ ਧਿਆਨ ਵਿੱਚ ਰੱਖਦੇ ਹੋਏ ਸੀਨੀਅਰ ਬੀਬੀਆਂ ਦੀ ਰਾਸ਼ਟਰੀ ਕੋਚਿੰਗ ਕੈਂਪ ਲਈ ਅੰਤਵਰ ਨੂੰ 25 ਸੰਭਾਵਿਤ ਖਿਡਾਰੀਆਂ ਦਾ ਐਲਾਨ ਕੀਤਾ। ਅਰਜنٹੀਨਾ ਦੌਰੇ ਤੋਂ ਪਰਤ ਕੇ 2 ਹਫ਼ਤੇ ਦੇ ਆਰਾਮ ਤੋਂ ਬਾਅਦ ਇਹ ਖਿਡਾਰੀ ਭਾਰਤੀ ਖੇਡ ਅਥਾਰਟੀ ਦੇ ਬੰਗਲੌਰੂ ਕੇਂਦਰ ਵਿੱਚ ਇਕੱਠੀ ਹੋ ਕੇ ਜ਼ਰੂਰੀ ਕੰਮਤ ਵਾਸਤੇ ਰਹੇਗੀ। ਇਨਾ 25 ਖਿਡਾਰਨਾਂ ਵਿੱਚ ਗੋਲਕੀਪਰ ਤੇ ਰੁੱਖ ਵਿੱਚ ਸविता ਰਜਨੀ ਇਤ ਮਾਰਪੂ ਤੇ ਬਿਸ਼ੂ ਦੇਵੀ ਖਰੀਬਾ ਅਮਜਦ ਕੇ ਡਿਫੈਂਡਰਾਂ ਵਿੱਚ ਦੀਪ ਗਰੇਸੇ ਕਾਰੀਨਾ ਕੋਕਰ ਸਲੀਮਾ ਟੇਟੇ ਮਨਪ੍ਰੀਤ ਕੌਰ ਗੁਰਜੀਤ ਕੌਰ ਤੇ ਨਿਸ਼ਾ ਸ਼ਾਮਲ ਹਨ ਮਿਡਫੀਲਡਰਾਂ ਵਿੱਚ ਨੀਕੀ ਪ੍ਰਧਾਨ ਮੌਨਿਕਾ ਨੀਹਾ ਲਿਲਮਾ ਮਿੰਸ ਸੁਸ਼ੀਲਾ ਚਾਨੂ ਤੇ ਨਮਤਾ ਟੋਪੋ ਜਦ ਕੀ ਫਾਰਵਰਡਾਂ ਚ ਰਾਣੀ ਲਾਲੇਜਮ ਸਮ ਸੁਆਮੀ ਵੰਦਨਾ ਕਟਾਰੀਆ ਨਵਜੋਤ ਕੌਰ ਨਵਨੀਤ ਕੌਰ ਰਾਜਵਿੰਦਰ ਕੌਰ ਜੋਤੀ ਸ਼ਰਮੀਲਾ ਦੇਵੀ ਉਦਿਤਾ ਰਸ਼ਮੀਤਾ ਮਿੰਸ ਸ਼ਾਮਲ ਹਨ ਬੰਗਾਲ ਚ ਮਮਤਾ ਕਾਰਡ ਮਾਇਨੇ ਰੱਖਦਾ ਹੈ ਮੋਦੀ ਦਾ ਰਾਮ ਕਾਰਡ ਨਹੀਂ ਤ੍ਰਿਨਮੂਲ ਨੇਤਾ ਤ੍ਰਿਨਮੂਲ ਕਾਂਗਰਸ ਦੇ ਜਰਨਲ ਸਕੱਤਰ ਪਾਰਸ ਚੈਟਰਜੀ ਨੇ ਐਤਵਾਰ ਕਿਹਾ ਕਿ ਪੱਛਮੀ ਬੰਗਾਲ ਵਿੱਚ ਜਨਤਾ ਕਾਰਡ ਤੇ ਮਮਤਾ ਕਾਰਡ ਮਾਇਨੇ ਰੱਖਦਾ ਹੈ ਰਾਮ ਕਾਰਡ ਨਹੀਂ ਜਿਸ ਬੰਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੱਲ ਕੀਤੀ ਸੀ ਮਮਤਾ ਬੈਨਰਜੀ ਮੰਤਰੀ ਮੰਡਲ ਦੇ ਸੀਨੀਅਰ ਮੰਤਰੀ ਚੈਟਰਜੀ ਨੇ ਦਾਅਵਾ ਕੀਤਾ ਕਿ ਭਾਜਪਾ ਨੇਤਾ ਤ੍ਰਿਨਮੂਲ ਸਰਕਾਰ ਵੱਲੋਂ ਚੁੱਕੇ ਕੇ ਕल्याणकारी ਕਦਮਾਂ ਸਾਹਮਣੇ ਜ਼ਮੀਨ ਗਵਾ ਰਹੇ ਹਨ ਤੇ ਹੁਣ ਉਹ ਬਿਰਿਆਨਬਾਜੀ ਵਿੱਚ ਲੱਗ ਰਹੇ ਹਨ ਜਿਨ੍ਹਾਂ ਦਾ ਚੋਣਾਂ ਤੇ ਕੋਈ ਫਰਕ ਨਹੀਂ ਪਵੇਗਾ ਅਨੁਸੂਚਿਤ ਜਾਤੀ ਸੰਬੰਧੀ ਟਿੱਪਣੀ ਕਰਨ ਦੇ ਮਾਮਲੇ ਵਿੱਚ ਕ੍ਰਿਕਟਰ ਜੁਵਰਾਜ ਸਿੰਘ ਖਿਲਾਫ ਕੇਸ ਦਰਜ ਇੰਟਰਨੈਟ ਮੀਡੀਆ ਤੇ ਅਨੁਸੂਚਿਤ ਜਾਤੀ ਸੰਬੰਧੀ ਟਿੱਪਣੀ ਕਰਨ ਦੇ ਮਾਮਲੇ ਵਿੱਚ ਕ੍ਰਿਕਟਰ ਜੁਵਰਾਜ ਸਿੰਘ ਖਿਲਾਫ ਹਾਂਸੀ ਪੁਲਿਸ ਨੇ ਐਤਵਾਰ ਨੂੰ ਮੁਕੱਦਮਾ ਦਰਜ ਕਰ ਲਿਆ ਹੈ ਬੀਤੇ ਸਾਲ ਜੂਨ ਵਿੱਚ ਉਨ੍ਹਾਂ ਖਿਲਾਫ ਸੋਸ਼ਲ ਐਕਟਿਵਿਸਟ ਰਜ਼ਦ ਨੇ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਪੁਲਿਸ ਵੱਲੋਂ ਕਾਰਵਾਈ ਨਾ ਕਰਨ ਤੇ ਰਜ਼ਦ ਕੋਰਟ ਚ ਪਟੀਸ਼ਨ ਵੀ ਦਾਖਲ ਕਰ ਚੁੱਕੇ ਹਨ ਜੁਵਰਾਜ ਨੇ ਰੋਹਿਤ ਸ਼ਰਮਾ ਨਾਲ ਲਾਈਵ ਚੈਟ ਜਗਵਿੰਦਰ ਸਿੰਘ ਚਹਿਲ ਤੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ ਤਾਂ ਦੋਸਤੋ ਇਹ ਸਾਨੂੰ ਦਿਨ ਭਰ ਦੀਆਂ ਵੱਟੀਆਂ ਖਬਰਾਂ ਹਰ ਰੋਜ਼ ਤੁਹਾਡੇ ਲਈ ਖਬਰਾਂ ਦਾ ਵਿਸ਼ੇਸ਼ ਬੁਲਟਨ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਤੁਸੀਂ ਜੁੜੇ ਰਹੋ ਸਾਡੇ ਚੈਨਲ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ